ਆਪ ਵਾਲੇ ਵੀ ਕੱਲ ਮੈਨੂੰ ਦੋ ਤਿੰਨ ਮਿਲੇ, ਉਹ ਕਹਿੰਦੇ ਭਾਅ ਜੀ ਪਤਾ ਲੱਗਿਆ ਵੀਡੀਓ ਤੁਹਾਡੇ ਕੋਲ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬੇਨਤੀ ਆ, ਤੁਸੀਂ ਨਾ ਜੀ ਦੋ ਦਿਨ ਪ੍ਰਚਾਰ ਬੰਦ ਹੀ ਕਰ ਦਿਓ ਇੱਥੇ ਜਲੰਧਰ 'ਚ, ਜਿਹੜੇ ਘਰ ਜਾਈਦਾ ਜਿੱਥੇ ਜਾਈਦਾ ਜਿਹੜੇ ਵੀਡੀਓ ਆ ਗਈ ਜੀ, ਵੀਡੀਓ ਆ ਗਈ ਜੀ। ਲੋਕਾਂ ਦੀ ਗੱਲ ਤਾਂ ਉਹੀ ਨਹੀਂ ਰਹੀ, ਉਹ ਇਕੱਲੇ ਕਟਾਰੂ ਚੱਕ ਦੀ ਵੀਡੀਓ ਦੀ ਚਰਚਾ ਚੱਲ ਰਹੀ ਹੈ ਜੀ। ਪ੍ਰਚਾਰ ਤਾਂ ਘੱਟ ਹੋ ਰਿਹਾ, ਵੀਡੀਓ ਨੇ ਜੱਬ ਨੂੰ ਫੜਿਆ ਸਭ ਨੂੰ। ਸਾਡਾ ਤਾਂ ਨਿਆਣਾ ਜਾਵੇ ਕਿਵੇਂ ਪੰਜਾਬੀ ਬੋਲਣੀ ਆਉਣੀ ਚਾਹੀਦੀ, ਲਿਖਣੀ ਆਉਣੀ ਚਾਹੀਦੀ, ਪੜ੍ਹਨੀ ਆਉਣੀ ਚਾਹੀਦੀ। ਇਹਨੂੰ ਤਾਂ ਪੰਜਾਬੀ ਸਿਖਾ ਦਿਓ ਜਿਹਨੂੰ MP ਬਣਾ ਛੱਡਿਆ, ਪੰਜਾਬ ਦੇ ਖਰਚੇ 'ਤੇ ITI। ਹੁਣ ਤਾਂ ਮੈਨੂੰ ਪਤਾ ਲੱਗਿਆ ਵੀ ਕਹਿਣਾ ਤਾਂ ਨਹੀਂ ਚਾਹੀਦਾ, ਉਹ ਜਿੱਥੇ ਆਪਣੇ ਦਾ RC ਰਾਇਲ ਚੈਲੰਜ ਨਹੀਂ ਸ਼ਰਮਾ ਜੀ ਰਾਘਵ ਚੱਡਾ, ਜਿੱਥੇ ਕਾਕਾ ਜੀ ਦਾ ਵਿਆਹ ਹੋਣ ਲੱਗਿਆ ਕਹਿੰਦੇ ਉੱਧਰ ਵੀ ਗੰਨਮੈਨ ਸ਼ਾਇਦ ਭੇਜਣ ਲੱਗੇ ਆ, ਪਹਿਲਾਂ ਤਾਂ ਕੇਜਰੀਵਾਲ ਨੂੰ ਭੇਜੇ ਸੀ, ਹੁਣ ਉੱਧਰ ਵੀ ਜਾ ਰਹੇ ਆ। ਚਲੋ ਮੇਰੀ ਤਾਂ ਅਖੀਰ 'ਚ ਇਹੀ ਬੇਨਤੀ ਹੈ, ਵੈਸੇ CM ਲਿਖਿਆ ਤਾਂ ਹੁੰਦਾ ਕਿ ਡੋਨਟ ਡਰਿੰਕ ਐਂਡ ਡਰਾਈਵ, ਇੱਥੇ ਵਾਲਾ ਪੈਗਵੰਤ ਸਿੰਘ ਬੇਈਮਾਨ ਤਾਂ ਪੈਗ ਲਾ ਕੇ ਪੰਜਾਬ ਹੀ ਚਲਾਈ ਫਿਰਦਾ। ਜਲੰਧਰ ਦੇ ਵੋਟਰਾਂ ਨੂੰ ਅਪੀਲ ਹੈ ਕਿ ਭਾਈ ਇਹਨਾਂ ਨੇ ਇੱਕ ਇਸ਼ਤਿਹਾਰ ਦਿੱਤਾ ਸੀ, ਕਈ ਥਾਵਾਂ 'ਤੇ ਤਾਂ ਮੈਂ ਇਹ ਗੱਲ ਕਹਿ ਨਹੀਂ ਸਕਦਾ, ਚਲੋ ਤੁਹਾਡੇ ਅੱਗੇ ਤਾਂ ਕਹਿ ਸਕਦਾ, ਕਹਿੰਦਾ ਸਾਡਾ ਕਾਮ ਬੋਲਦਾ ਅਤੇ ਅੱਗੇ ਵੀ ਸਾਡਾ ਕਾਮ ਹੀ ਬੋਲੇਗਾ। ਸਾਰੀਆਂ ਹੀ ਅਖਬਾਰਾਂ ਦੀਆਂ ਮੈਂ ਛੋਟੀਆਂ ਛੋਟੀਆਂ ਕਟਿੰਗ ਲਿਆਇਆ, ਅਤੇ ਕੀ ਇਹੀ ਚੱਕਰ ਆ ਕਿ ਤੁਸੀਂ ਮੰਤਰੀ ਦੇ ਅਸਤੀਫੇ ਨਹੀਂ ਲੈ ਰਹੇ, ਕਿਉਂਕਿ ਅੱਗੇ ਤੁਸੀਂ ਆਪ ਹੀ ਇਸ਼ਤਿਹਾਰ ਦੇ ਕੇ ਕਹਿਤਾ ਕਿ ਅੱਗੇ ਵੀ ਸਾਡਾ ਕਾਮ ਹੀ ਬੋਲੂਗਾ, ਕੰਮ ਤਾਂ ਤੁਹਾਡਾ ਬੋਲਦਾ ਕਿਸੇ ਨੇ। ਸਕੂਲ ਤੁਸੀਂ ਬੰਦ ਕਰਾ ਤੇ, ਕਾਲਜ ਤੁਸੀਂ ਬੰਦ ਕਰਾ ਤੇ, ਆਪਣਾ 1800 ਨਵੇਂ ਠੇਕੇ ਖੋਲ੍ਹ ਤੇ, ਅਤੇ ਆ ਕਟਾਰੂ ਚੱਕ ਵੀ ਸੱਚ ਬੋਲ ਪਿਆ। ਪੁੱਤ ਰੱਖੇ ਆ ਇੰਡੀਆ ਦੇ, ਪੁੱਤ ਰੱਖੇ ਆ, ਮੈਂ ਰੁੱਸਾ ਨਹੀਂ ਰੱਖੀ। ਇਹ ਆਪ ਮੰਨੀ ਜਾਂਦਾ ਪੰਜਾਬ ਦੇ ਪੁੱਤ ਰੱਖੇ ਆ, ਫੇਰ ਚਲਾਉਣਾ ਸ਼ੁਰੂ ਕਰ, ਪੰਜਾਬ ਦੇ ਪੁੱਤ ਰੱਖੇ ਆ, ਉਹ ਆਪ ਹੀ ਮੰਨੀ ਜਾਂਦਾ ਕਿ ਮੈਂ ਪੰਜਾਬ ਦੇ ਪੁੱਤ ਰੱਖੇ ਆ, ਇੰਡੀਆ ਦੇ ਪੁੱਤ ਰੱਖੇ ਆ। ਸ਼ਾਇਦ ਪਤਾ ਨਹੀਂ ਕਿਹਨੂੰ ਕੈਪਟਨ ਸਾਹਿਬ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਮੈਂ ਰੁੱਸਾ ਨਹੀਂ। ਦੱਸੋ ਹਾਲੇ ਵੀ ਇਹਦੀ ਕਾਰਵਾਈ ਉਹਦੇ 'ਤੇ, ਭਾਈ ਕਾਰਵਾਈ ਹੋਣੀ ਕਦੋਂ ਆ, ਕਦੋਂ ਕਾਰਵਾਈ ਹੋਣੀ? ਜਿਹੜਾ ਪੰਜਾਬ ਸ਼ਹੀਦਾਂ ਦੀ ਧਰਤੀ ਕਹਾਉਂਦਾ ਸੀ, ਅੱਜ ਇੱਥੇ ਪੰਜਾਬ ਦਾ ਮੁੱਖ ਮੰਤਰੀ ਪੈਗ ਲਾ ਕੇ ਜਹਾਜ਼ ਨਾ ਚੜ੍ਹ ਸਕੇ, ਜਿਹੜਾ ਮੁੱਖ ਮੰਤਰੀ ਪੈਗ ਲਾ ਕੇ ਝੂਠ ਬੋਲੇ ਕਿ BMW ਆ ਗਿਆ, ਭਗਵੰਤ ਮੋਟਰ ਵਰਕਸ ਆ ਗਿਆ, ਕਿ ਇਸ ਪੰਜਾਬ ਦੇ ਕੀ ਹਾਲਾਤ ਬਣਾ ਰਹੇ ਅਸੀਂ ਪੰਜਾਬ ਦੇ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਭਾਈ ਕਿਸੇ ਨੇ ਜਗਾਉਣਾ ਨਹੀਂ, ਵੇਕ ਅਪ, ਉੱਠਣਾ ਪੈਣਾ, ਜਾਗਣਾ ਪੈਣਾ, ਐਂਡ ਸਿਚੁਏਸ਼ਨ ਆਪਦੇ ਹੱਥ 'ਚ ਕੰਟਰੋਲ ਲੈਣੀ ਪੈਣੀ ਹੈ, ਨਹੀਂ ਤਾਂ ਲੋਕ ਮਾਫ਼ ਨਹੀਂ ਕਰਨਗੇ। ਕਿ ਸੰਗਰੂਰ ਵਾਲਿਆਂ ਨੂੰ ਵਧਾਈ ਹੈ, ਜਿਮਣੀ ਚੋਣ ਆਈ ਤਾਂ ਇਹੋ ਜਿਹਾ ਝਟਕਾ ਦਿੱਤਾ ਕਿ ਭਗਵੰਤ ਸਹੁੰ ਜਮ੍ਹਾਂ ਹੀ ਹਿੱਲ ਗਿਆ, ਹੁਣ ਵੀ ਦਬਕੇ ਮਾਰਨ 'ਤੇ ਹੋਇਆ। ਅਤੇ ਹੁਣ ਜਲੰਧਰ ਵਾਲੇ, ਦੁਆਬੇ ਵਾਲਿਓ, ਤੁਸੀਂ ਵੀ ਇਹੋ ਜਿਹਾ ਝਟਕਾ ਦਿਓ ਕਿ ਬੇਈਮਾਨਾਂ ਦੀ ਸਰਕਾਰ, ਭਗਵੰਤ ਸਿੰਘ ਬੇਈਮਾਨ ਦੀ ਛੁੱਟੀ ਹੋਵੇ। ਹਾਂਜੀ, ਔਰ ਹਿਮਾਚਲ ਵਾਲਿਆਂ ਨੂੰ ਵਧਾਈ, ਨੋਟਾਂ ਨੂੰ ਵੋਟਾਂ ਵੱਧ ਪਈਆਂ, ਆਪ ਨੂੰ ਵੋਟਾਂ ਘੱਟ ਪਈਆਂ, ਉਹ ਵੀ ਪਛਾਣ ਕਰ ਗਏ। ਇਸ ਲਈ ਪੰਜਾਬੀਓ, ਤੁਹਾਡੇ ਭਾਈ ਕਰ ਗਏ ਆ ਪਹਾੜਾਂ 'ਤੇ ਬੈਠੇ,
ਤੇ ਤੁਸੀਂ ਤਾਂ ਛੇਤੀ ਕਰ ਜਾਓ। ਆਹ ਵੋਟਾਂ ਵੀ ਦੱਸ ਦੇਣਾ, ਬੜੀਆਂ ਵੋਟਾਂ ਪਈਆਂ ਵੈਸੇ ਤਾਂ ਸ਼ਿਮਲਾ ਐਮ ਸੀ ਇਲੈਕਸ਼ਨ 'ਚ 362 ਨੋਟਾਂ ਨੂੰ ਅਤੇ 346 ਆਪ ਨੂੰ, ਬਹੁਤ ਵੱਡੀ ਵੱਡੀ ਗਿਣਤੀ ਨਾਲ। ਜੀ ਸਵਾਲ ਜੀ ਤੁਹਾਡੇ ਕਿਸੇ ਦੀ, ਹਾਂਜੀ ਹੁਣੇ ਜੀ, ਵੀ ਮੈਨੂੰ ਉਹਦੀ ਜਾਣਕਾਰੀ ਹੈ ਨਹੀਂ ਜੀ, ਮੈਂ ਤਾਂ ਪਿੰਡਾਂ 'ਚ ਸੀ, ਆਈ ਐਮ ਨੋਟ ਅਵੇਅਰ, ਆਈ ਕੈਨ ਨੋਟ ਕਮੈਂਟ। ਦੇਖੋ ਲੋਅ ਐਂਡ ਆਰਡਰ ਕੋਲੈਪਸ ਹੈ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ। ਜੇ ਇੰਟੈਲੀਜੈਂਸ ਦੇ ਦਫ਼ਤਰ 'ਚ ਰੋਕੇਟ ਲਾਂਚਰ ਅਟੈਕ ਹੋ ਸਕਦਾ ਹੈ, ਪੁਲਿਸ ਦੇ ਥਾਣੇ 'ਚ ਰੋਕੇਟ ਲਾਂਚ ਅਟੈਕ ਹੋ ਸਕਦਾ ਰੋਕੇਟ ਲਾਂਚਰ ਤੋਂ, ਸਿੱਧੂ ਮੂਸੇਵਾਲਾ ਸੰਦੀਪ ਨੰਗਲ ਅੰਮੀਆਂ ਦਾ ਬਰੋਡ ਡੇਲਾਈਟ ਮਰਡਰ ਹੋ ਸਕਦਾ ਹੈ, ਦਿਨ ਦਿਹਾੜੀ ਚੇਨ ਸਨੈਚਿੰਗ ਫਰੌਤੀ ਔਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜੇਲ੍ਹ 'ਚ ਹੋ ਸਕਦਾ ਹੈ। ਅਤੇ ਇਹ ਅਨਐਕਸਪੈਕਟਡ ਲਾਈਨਸ ਹੈ ਕਿ ਚੀਫ ਮਿਨਿਸਟਰ ਦਾ ਹੋਮ ਮਿਨਿਸਟਰ ਦਾ ਫੇਲੀਅਰ। ਆ ਤੁਹਾਨੂੰ ਉਹਦੀ ਟਵੀਟ ਵਿਖਾਈ ਦਿੱਤੀ, ਇੱਕ ਤੋਂ ਵੱਧ ਰਾਜਨੀਤਿਕ ਕੌਣ ਹੋ ਸਕਦਾ। ਮੈਂ ਕਹਿੰਦਾ ਜੀ ਇਹ ਜਾਂ ਸਿੱਧਾ ਰੱਬ ਸਾਰੇ ਮੁਲਕ ਨੂੰ ਨਾ ਬਣਾਵੇ, ਮਤਲਬ ਇਸ ਤਰ੍ਹਾਂ ਦੇ ਸਿੱਧੇ ਲੋਕ ਜੇ ਹੋਣ ਲੱਗ ਪਏ ਨਾ ਨਟਵਰ ਲਾਲ ਵਰਗੇ, ਅਤੇ ਉਹ ਨਟਵਰ ਲਾਲ ਦੀ ਆਹ ਵੇਖ ਲਓ ਕਿੱਡਾ ਸਿੱਧਾ, ਦੱਸੋ 4 ਫੁੱਟ ਦਾ ਬੰਦਾ ਅਤੇ 8-10 ਫੁੱਟ ਦਾ ਦਰਵਾਜ਼ਾ ਲਾ ਲਿਆ, ਕੀ ਲੋੜ ਹੈ, ਆ ਰਿਮੋਟ ਨਾਲ ਚੱਲਦਾ, ਵੇਖੋ ਦੱਸ ਰਹੇ ਹੋ ਕਿਵੇਂ ਖੁੱਲ੍ਹਦਾ ਬੰਦ ਹੁੰਦਾ। ਇਹ ਭਾਈ 45 ਕਰੋੜ ਰੁਪਈਆ ਸਾਡੇ 200 ਗਨਮੈਨ ਇਹਦੀ ਹਿਫਾਜ਼ਤ 'ਚ ਦਿੱਲੀ ਲਾਏ ਆ, ਪੰਜਾਬ ਦੇ ਲੋਕ ਵਾਈ ਛੁੱਟਦੇ ਸਫ਼ਰ। ਔਰ ਮੈਂ ਇਕੱਲੀ ਆ ਨਹੀਂ, ਜੇ ਮੈਂ ਆਹ ਭਗਵੰਤ ਸਿੰਘ ਬੇਈਮਾਨ ਦੀ ਇੱਕ ਵੀਡੀਓ ਵਿਖਾ ਦੂੰ, ਤੁਸੀਂ ਖੁਸ਼ਕਾ 'ਚ ਹੋ ਜਾਇਓ, ਜੇ ਚਲਾਉਣੀ ਚਲਾ ਦਿਓ, ਇਹ ਚਲਾਉਣ ਤਾਂ ਦੇਣੀ ਨਹੀਂ, ਮਗਰ ਚਲੋ ਭਾਵੇਂ ਸੌ ਹੱਥ ਉੱਚ ਕੇ ਸੌਈ ਜਾਇਆ ਕਰਿਓ, ਬਾਅਦ 'ਚ ਵਿਖਾ ਦਿਓ। ਦੇਖੋ ਜੀ ਭਗਵੰਤ ਮਾਨ ਜਿਹੜਾ ਸ਼ਰਾਬ ਪੀ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚੋਂ ਜਿਹਨੂੰ ਭਜਾਇਆ ਹੋਵੇ, ਜਿਹੜਾ ਸ਼ਰਾਬ ਪੀ ਕੇ ਪੰਜਾਬ ਦੇ ਦੇਸ਼ ਚਲਾਉਂਦਾ ਸੂਬਾ ਚਲਾਉਂਦਾ ਹੋਵੇ, ਜਿਹਨੂੰ ਸ਼ਰਾਬ ਪੀ ਕੇ ਜਹਾਜ਼ ਤੋਂ ਉਤਾਰਤਾ ਹੋਵੇ, ਜਿਹੜਾ ਸ਼ਰਾਬ ਪੀ ਕੇ ਗੋਲਡੀ ਬਰਾੜ ਦਾ ਝੂਠ ਬੋਲਦਾ ਹੋਵੇ, ਜਿਹੜਾ ਸ਼ਰਾਬ ਪੀ ਕੇ ਹੋਰ ਕਈ ਪੁੱਠੇ ਕੰਮ ਕਰਦਾ ਹੋਵੇ, ਉਹਦਾ ਗੱਲ ਦਾ ਨੋਟਿਸ ਲੈਣਾ ਕੋਈ ਐਡਾ ਜ਼ਰੂਰੀ ਨਹੀਂ ਹੁੰਦਾ। ਖਾਧੀ ਪੀਤੀ 'ਚ ਬਹੁਤ ਕੁਛ ਬੋਲਿਆ ਜਾਂਦਾ, ਕਿਹਾ ਜਾਂਦਾ, ਇਸ ਲਈ ਕੋਈ ਬਾਹਲੀ ਦਿਲ 'ਤੇ ਲਾਉਣ ਵਾਲੀ ਗੱਲ ਨਹੀਂ। ਦੇਖੋ ਇਹ ਤਾਂ ਮੈਂ ਆਈ ਕੈਨ ਨੋਟ ਕਮੈਂਟ ਔਨ ਦਿਸ ਇਸ਼ੂ, ਮੈਨੂੰ ਜਿਹੜੀ ਗੱਲ ਦਾ ਹੈ ਨਹੀਂ, ਨਾ ਮੇਰੇ ਅਧਿਕਾਰ ਖੇਤਰ 'ਤੇ ਆ, ਨਾ ਮੈਨੂੰ ਇਸ ਗੱਲ ਦੀ ਸਮਝ ਹੈ। ਇਸਦੇ ਬਾਰੇ ਤਾਂ ਤੁਸੀਂ ਬੈਟਰ ਹੈ ਇਹ ਸਵਾਲ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਰੋ ਜਾਂ ਬੇਈਮਾਨ ਨੂੰ ਕਰੋ, ਮੈਨੂੰ ਕਾਹਦੇ ਲਈ ਕਰਦੇ ਜੀ, ਮੈਨੂੰ ਪਤਾ ਨਹੀਂ। ਨਹੀਂ ਅਰੈਸਟ ਤਾਂ ਵਿਚਾਰੇ ਨੂੰ ਆਪੇ ਕਰ ਲੈਣਾ, ਐਡੀ ਖਤਰਨਾਕ ਫਿਲਮ ਦਾ ਡਰ ਪ੍ਰੋਡਿਊਸਰ ਬਣ ਗਏ। ਔਰ ਮੈਂ ਤੁਹਾਨੂੰ ਹੋਰ ਦੱਸਾਂ, ਵੈਸੇ ਤਾਂ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬੇਨਤੀ ਆ
ਤੁਸੀਂ ਨਾ ਜੀ 2 ਦਿਨ ਪ੍ਰਚਾਰ ਬੰਦ ਹੀ ਕਰ ਦਿਓ ਇੱਥੇ ਜਲੰਧਰ 'ਚ, ਜਿਹੜੇ ਘਰ ਜਾਈਦਾ ਜਿੱਥੇ ਜਾਈਦਾ ਜਿਹੜੇ ਵੀਡੀਓ ਆ ਗਈ ਜੀ, ਵੀਡੀਓ ਆ ਗਈ ਜੀ, ਪ੍ਰਚਾਰ ਤਾਂ ਘੱਟ ਹੋ ਰਿਹਾ, ਵੀਡੀਓ ਨੇ ਜੱਬ ਨੂੰ ਫੜਿਆ ਸਭ ਨੂੰ। ਮੈਂ ਤਾਂ ਕਹਿੰਦਾ ਵੈਸੇ ਕੰਮ ਮੁਕਾ ਦਿਓ, ਕਿਉਂਕਿ ਇਹ ਵੀ ਆਪ ਵਾਲੇ ਵੀ ਕੱਲ੍ਹ ਮੈਨੂੰ 2-3 ਮਿਲੇ, ਉਹ ਕਹਿੰਦੇ ਭਾਅ ਜੀ ਪਤਾ ਲੱਗਿਆ ਵੀਡੀਓ ਤੁਹਾਡੇ ਕੋਲ। ਮਤਲਬ ਵੀਡੀਓ ਨੇ ਪ੍ਰਚਾਰ, ਲੋਕਾਂ ਦੀ ਗੱਲ ਤਾਂ ਉਹੀ ਨਹੀਂ ਰਹੀ, ਉਹ ਇਕੱਲੇ ਕਟਾਰੂ ਚੱਕ ਦੀ ਵੀਡੀਓ ਦੀ ਚਰਚਾ ਚੱਲ ਰਹੀ ਹੈ। ਵੈਸੇ 2 ਦਿਨ ਛੁੱਟੀ ਕਰ ਦੇਣੀ ਚਾਹੀਦੀ, 8 ਦੀ ਜਗ੍ਹਾ ਅੱਜ ਹੀ ਸਹੀ ਭਾਈ ਲੋਕਾਂ ਦਾ ਤਾਂ ਮਤਲਬ। ਬਿੱਲੀ ਥੱਲਿਓਂ ਬਾਹਰ ਆ ਗਈ ਜੀ, ਲੋਕਾਂ ਦੀ ਗੱਲਾਂ ਸੱਚ ਹੋ ਗਈਆਂ। ਬੀਜੇਪੀ ਨੇ ਮਦਦ ਕੀਤੀ ਸੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ 'ਚ, ਨਾਓ ਟਾਈਮ ਟੂ ਪੇ ਬੈਕ, ਔਰ ਉਹ ਪੇ ਬੈਕ ਹੋ ਰਿਹਾ। ਮਗਰ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਉਹਨਾਂ ਨੂੰ ਕਿ ਬੰਦੀ ਸਿੰਘਾਂ ਦੀ, ਧਾਮੀ ਸਾਹਿਬ ਨੇ ਤਾਂ ਬੜੀ ਹਿੰਮਤ ਨਾਲ, ਹੌਸਲੇ ਨਾਲ, ਭਾਵੇਂ ਭੋਗ ਸਮਾਗਮ ਸੀ, ਉਹਨਾਂ ਨੇ ਤਾਂ ਗੱਲ ਰੱਖੀ। ਬੀਬੀ ਜੀ ਤੁਸੀਂ ਤਾਂ ਬਿਲਕੁਲ ਹੀ ਕੰਪਰੋਮਾਈਜ਼ ਹੋ ਗਏ ਇਸ ਇਸ਼ੂ 'ਚ, ਤੁਸੀਂ ਤਾਂ ਬਿਲਕੁਲ ਹੀ ਪੰਜਾਬ ਦੀਆਂ ਗੱਲਾਂ, ਪੰਜਾਬ ਦੇ ਨੌਜਵਾਨਾਂ 'ਤੇ NSA ਲੱਗਣੀ, ਜਿਨ੍ਹਾਂ ਨੇ NSA ਲਾਈ ਔਰ ਦਿਬੜੂਗੜ੍ਹ ਰੱਖਿਆ ਉਹ ਵਧਾਈ ਦੇ ਰਹੇ ਆ। ਅਸਾਮ ਦੇ ਚੀਫ ਮਿਨਿਸਟਰ ਆ ਹਿਮੰਤ ਬਿਸਵਾ ਸ਼ਰਮਾ, ਹੋਮ ਮਿਨਿਸਟਰ ਸਾਹਿਬ ਜਿਨ੍ਹਾਂ ਨੂੰ ਵਧਾਈ ਦੇ ਰਹੇ ਕਿ ਪੰਜਾਬੀਆਂ 'ਤੇ NSA ਲਾ ਤੇ ਤੁਸੀਂ ਉਹਨਾਂ ਦੇ ਹੱਕ 'ਚ ਖਲੋ ਗਏ, ਇਸ ਲਈ ਇਹਦੇ ਬਾਰੇ ਤਾਂ ਕੀ ਕਹਿਣਾ ਜੀ ਤੁਹਾਡੇ ਸਾਹਮਣੇ। ਹਾਂਜੀ ਇਟਸ ਅ ਫੇਲੀਅਰ ਆਫ ਦਾ ਸਟੇਟ ਗਵਰਨਮੈਂਟ ਜੀ। RDF ਪਹਿਲਾਂ ਵੀ ਆਉਂਦਾ ਰਿਹਾ, ਵੈਨ ਯੂ ਆਰ ਮਿਸਯੂਜ਼ਿੰਗ ਫੰਡਸ, ਆਯੁਸ਼ਮਾਨ ਭਾਰਤ ਦੀ ਜਿਹੜੀ ਸਕੀਮ ਸੀ ਹੈਲਥ ਦੀ, ਉਹ ਸੀ ਤਾਂ ਦੇਖੋ 60-40 ਗਵਰਨਮੈਂਟ ਆਫ ਇੰਡੀਆ ਦੇ ਫੰਡ, ਜਦ ਤੁਸੀਂ ਮਿਸਯੂਜ਼ ਕਰਨੇ ਸ਼ੁਰੂ ਕਰਦੇ ਹੋ, ਉਹਨੂੰ ਆਪਦੀ ਬ੍ਰੈਂਡਿੰਗ ਸ਼ੁਰੂ ਕਰਦੇ ਹੋ, ਤਾਂ ਫਿਰ ਸੁਭਾਵਿਕ ਹੈ ਸੈਂਟਰ ਵਿਲ ਟੇਕ ਵਿਊ। ਹੈਂਜੀ ਪਿੰਡਾਂ ਦਾ ਤਾਂ ਵਿਕਾਸ, ਚੰਨੀ ਸਾਹਿਬ ਨੇ ਪੱਚ ਲਾਏ ਸੀ, ਇੱਧਰ ਪੱਚ ਵੀ ਨਹੀਂ ਲੱਗਣੇ ਮੈਨੂੰ। ਹਾਂਜੀ ਬਹੁਤ 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 ਵਧਾਈ ਆ ਜੀ ਚੰਦਨ ਗਰੇਵਾਲ ਸਾਹਿਬ ਨੂੰ, ਵੋਟਾਂ ਵੀ ਬੜੀਆਂ ਪੈ ਗਈਆਂ ਸੀ ਉਦੋਂ, ਇਸ ਲਈ ਚੰਗੀ ਗੱਲ ਹੈ, ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ। ਬਰਾੜ ਸਾਹਿਬ ਅਤੇ ਇਹ ਚੰਦਨ ਗਰੇਵਾਲ ਸਾਹਿਬ ਤਾਂ ਸਤਿਕਾਰਯੋਗ ਨੇ, ਮਗਰ ਇੰਨੀ ਤੇਜ਼ ਤਾਂ ਸ਼ਤਾਬਦੀ ਨਹੀਂ ਸਟੇਸ਼ਨ ਤੋਂ ਮੁੜਦੀ ਜਿੰਨੀ ਛੇਤੀ ਇਹ ਸਟੇਸ਼ਨ ਬਦਲ ਜਾਂਦੀ ਹੈ। ਚਲੋ ਇਹਨਾਂ ਨੂੰ ਵਧਾਈ ਹੈ, ਆਈ ਵਿਸ਼ ਦੈਮ ਵੈਲ। ਕਈਆਂ ਦਾ ਮਤਲਬ ਇਹ ਪੋਲੀਟਿਕਸ ਹੀ ਹੋ ਗਈ ਆ, ਮਗਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਤੁਸੀਂ ਭਾਵੇਂ ਨਾ ਵੀ ਕੋਈ ਖੜਾ ਕਰਦੇ ਅਤੇ ਇਕੱਲਾ ਕਿਸੇ ਪਾਰਟੀ ਦਾ ਸਿੰਬਲ ਹੀ ਖੜਾ ਕਰਦੇ, ਇੰਨੀ ਵੋਟ ਤਾਂ ਵੈਸੇ ਪੈ ਜਾਣੀ ਸੀ 7-8 ਹਜ਼ਾਰ ਵੋਟ, ਤਾਂ ਇਹ ਤਾਂ ਕੋਈ ਐਡੀ ਗੱਲ ਨਹੀਂ। ਮਗਰ ਚਲੋ ਆਪ ਨੂੰ ਵਧਾਈ ਹੈ, ਚੰਦਨ ਗਰੇਵਾਲ ਸਾਹਿਬ ਨੂੰ ਵਧਾਈ ਹੈ, ਹਿੰਮਤ ਨਾਲ ਕੰਮ ਕਰਨ ਅਤੇ ਪੰਜਾਬ ਦਾ ਜਿਵੇਂ ਰਿੰਕੂ ਜੀ, ਮੈਂ ਤਾਂ ਹੈਰਾਨ ਹੋ ਗਿਆ ਰਿੰਕੂ ਜੀ, ਜਿਹੜੇ ਸੁਸ਼ੀਲ ਰਿੰਕੂ ਜੀ ਨੇ ਕਿੱਡੀ ਬੇਸ਼ਰਮੀ ਆ, ਅਰੰਗਲ ਸਾਹਿਬ ਦੀ ਵੀ ਅਤੇ ਉਹਦੀ ਵੀ, ਉਹ ਕਹਿੰਦਾ ਸੀ ਇਹ ਤੋਂ ਵੱਡਾ ਚੋਰ ਨਹੀਂ, ਉਹ ਕਹਿੰਦਾ ਸੀ ਇਹ ਤੋਂ ਵੱਡਾ ਡਾਕੂ ਨਹੀਂ, ਹੁਣ ਚੋਰ ਅਤੇ ਡਾਕੂ ਦੋਵੇਂ ਇਕੱਠੇ ਨੇ ਅਤੇ ਕਹਿੰਦੇ ਪਾ ਦਿਓ ਵੋਟ ਝਾੜੂ ਨੂੰ, ਅਤੇ ਭਰਾਵੋ ਬਚ ਜਿਓ ਫਿਰ। ਮਤਲਬ ਇੱਕ ਦੂਜੇ ਨੂੰ ਇਹ ਗਾਣਾ ਕਰਦੇ ਸੀ, ਅੱਜ ਕਹਿੰਦੇ ਕਾਮਯਾਬ, ਜਿਹੜੀ ਕਹਿੰਦੀ ਵਾਲੰਟੀਅਰਾਂ ਤੋਂ ਪਾਰਟੀ ਬਣੀ ਹੈ, ਅੱਜ ਉਹ ਜਿਨ੍ਹਾਂ 'ਤੇ ਇਲਜ਼ਾਮ ਲੱਗਦੇ ਸੀ ਉਹਨਾਂ ਨੂੰ ਲਿਆਉਂਦੇ, ਅਤੇ ਇਸ ਲਈ ਜਲੰਧਰ ਇਲੈਕਟੋਰੇਟ ਨੂੰ ਸੋਚਣਾ ਚਾਹੀਦਾ ਸਾਡਾ ਬਣਨਾ ਕੀ ਹੈ। ਮਗਰ ਮੈਂ ਇੱਕ ਗੱਲ ਦੀ ਜ਼ਰੂਰ, ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਦੇਸ਼ ਦਾ ਹੋਮ ਮਿਨਿਸਟਰ ਸਾਹਿਬ ਪੰਜਾਬ 'ਚ ਆਏ ਔਰ ਉਹਨੂੰ ਇਹ ਗੱਲ ਕਬੂਲਣੀ ਪੈ ਗਈ ਕਿ ਹਿੰਦੂ ਸਿੱਖ ਏਕਤਾ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀ,
ਉਹ ਇਸ ਦੁਨੀਆ 'ਚ ਨਹੀਂ ਰਹੇ, ਗਰੀਬਾਂ ਦੇ ਮਸੀਹਾ। ਇਸ ਲਈ ਮੇਰੇ ਵੀਰੋ, ਭਾਈਚਾਰਕ ਸਾਂਝ, ਜਿਹੜੇ ਵੰਡੀਆਂ ਪਾ ਕੇ ਵੋਟਾਂ ਲੈਣਾ ਚਾਹੁੰਦੇ ਉਹਨਾਂ ਤੋਂ ਬਚਣ ਦੀ ਲੋੜ। ਹਾਂਜੀ, ਨਹੀਂ ਇਲੈਕਸ਼ਨ ਤਾਂ ਜ਼ਿਆਦਾ ਤਾਂ ਦੇਖੋ, ਇਹ ਵਿਚਾਰੇ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਜਿਨ੍ਹਾਂ ਦੇ ਰੋਡ 'ਚੋਂ ਉਹਨਾਂ ਦੀ ਨਿਕਲ ਰਿਹਾ, ਲੋ ਆਮ ਆਦਮੀ ਦੇ ਥੋੜ੍ਹੀ ਨਿਕਲ ਰਿਹਾ ਜਾਂ ਲੋਕਾਂ ਦੇ। ਅਤੇ ਜਾਂ ਪੰਜਾਬ ਸਰਕਾਰ ਦੇ ਓਫਿਸ਼ੀਅਲ ਮਸ਼ੀਨਰੀ ਦਾ ਮਿਸਯੂਜ਼। ਮੈਂ ਤੁਹਾਨੂੰ ਹੁਣੇ, ਮੇਰੇ ਕੋਲ ਵੀਡੀਓ ਫੋਟੋ ਹੈ, ਵੈਸੇ ਮੈਂ ਬਾਅਦ 'ਚ ਵਿਖਾਊਂਗਾ, ਅੱਜ ਨਹੀਂ ਵਿਖਾਉਣੀ, ਅੱਜ ਬਹੁਤ ਕੁਝ ਵਿਖਾਤਾ। ਸਰਕਾਰੀ ਅਫਸਰ ਕਿਵੇਂ ਮੀਟਿੰਗ ਕਰ ਰਹੇ? ਮੈਂ ਵੀ ਰਾਤ ਇੱਕ ਹੋਟਲ 'ਚ ਸੀ, ਉੱਥੇ ਵੀ ਮੈਨੂੰ ਵੇਖ ਕੇ ਦਗੜ ਦਗੜ ਕਰਕੇ ਅਫਸਰ ਭੱਜੇ। ਮੈਂ ਪਤਾ ਨਹੀਂ ਕਿੱਥੇ ਅੰਦਰ ਕੋਈ ਆ ਹਾਦਸਾ ਤਾਂ ਨਹੀਂ ਹੋ ਗਿਆ। ਉਦੋਂ ਪਤਾ ਲੱਗਿਆ ਕਿ ਬੀ ਡੀ ਓ ਸੱਦੇ ਸੀ, ਐਸ ਐਸ ਪੀ ਸਾਹਿਬ ਸੱਦੇ ਸੀ, ਸਭ ਭੱਜ ਗਏ ਕਿ ਮਜੀਠੀਆ ਆ ਗਿਆ, ਕਿਤੇ ਫੋਟੋ ਨਾ ਖਿੱਚ ਲਵੇ ਕਿਸੇ ਦੀ। ਅੰਦਰ ਆਪ ਦੀ ਮੀਟਿੰਗ 'ਚ ਤਾਂ ਸ਼ਾਮਿਲ ਹੋ ਰਹੇ। ਤੁਸੀਂ ਕਿਹੜਾ ਚਲਾਈ ਸ਼ਰਮਾ ਜੀ, ਜਿਹੜਾ ਸਵਾਲ ਪੁੱਛਿਆ। ਮੇਰਾ ਕੋਈ ਹੈ ਇੱਕ ਸ਼ਰਮਾ ਜੀ, ਕੱਲ ਰੱਬ ਨਾ ਕਰੇ ਤੁਹਾਡੇ ਤੇ ਪਰਚਾ ਹੋ ਜੇ ਤੇ ਤੁਸੀਂ ਮਾਰੋ ਚੀਕਾਂ, ਤੇ ਮੈਂ ਕਹਾਂ ਸ਼ਰਮਾ ਜੀ ਘਬਰਾਉਣ ਦੀ ਲੋੜ ਨਹੀਂ, ਮੈਂ ਤੁਹਾਡੇ ਨਾਲ ਚੱਲੂਗਾ। ਮੈਂ ਤਾਂ ਹੌਸਲਾ ਅਫਜਾਈ ਕਰ ਰਿਹਾ, ਤੁਸੀਂ ਇਹਨੂੰ ਵਿਵਾਦ ਦੱਸੀ ਜਾ ਕਾਇੰਡਲੀ ਅੰਡਰਸਟੈਂਡ ਨਾ, ਕੋਈ ਰੌਲਾ ਹੀ ਨਹੀਂ। ਆਈ ਵਿਸ਼ ਚੰਨੀ ਸਾਹਿਬ ਵੈਲ। ਮੈਂ ਦੇਖੋ ਜਿੰਨਾ ਉਹਨਾਂ ਨੂੰ ਫਿਕਰ ਹੈ, ਮੈਨੂੰ ਵੀ ਅੰਨੀ ਮੰਨੀ ਸੰਨੀ ਦਾ ਫਿਕਰ ਰਹਿੰਦਾ। ਮਗਰ ਇਸ ਤਰ੍ਹਾਂ ਮੈਂ ਤਾਂ ਭਗਵੰਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਨਾ ਡਰਾਓ ਭਾਈ, ਸਾਬਕਾ ਮੁੱਖ ਮੰਤਰੀ ਹੈ, ਮੈਂ ਤਾਂ ਉਹਦੇ ਨਾਲ ਖਲੋਤਾ, ਨਾ ਉਹਦੇ ਨਾਲ ਡਰਾਓ ਇਸ ਤਰ੍ਹਾਂ। ਮੈਂ ਤਾਂ ਕਿਹਾ ਜੇ ਕੱਲ੍ਹ ਤੁਹਾਡੇ 'ਤੇ ਹੋ ਜੇ, ਅਤੇ ਜੇ ਤੁਸੀਂ ਘਬਰਾਓਗੇ, ਮੈਂ ਤੁਹਾਡੇ ਨਾਲ ਵੀ ਖਲੋਤਾ, ਮੈਂ ਤਾਂ ਹਰੇਕ ਨਾਲ ਖਲੋਤਾ। ਇਸ ਤਰ੍ਹਾਂ ਯਾਰ ਤੁਸੀਂ ਨਾ, ਚਲੋ ਤੁਹਾਡਾ ਗੁੱਸਾ ਨਾ ਕਰ ਜਿਓ, ਤੁਹਾਡਾ ਵੀ ਇਹ ਕੰਮ ਹੈ ਤਿਰਛੀ ਨਜ਼ਰ ਰੱਖਣੀ, ਵੱਖਰੀ ਕਹਾਣੀ ਪੇਸ਼ ਕਰਨੀ। ਮਗਰ ਇੱਕ ਗੱਲ ਮੈਂ ਤਾਂ ਆਪਦੇ ਭਾਜਪਾ ਦੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਦੇਸ਼ 'ਚ ਔਰ ਸੂਬੇ 'ਚ ਵੰਡੀਆਂ ਨਾ ਪਾਓ। ਜਿਹਨੂੰ ਹਿੰਦੂ ਸਿੱਖ ਏਕਤਾ ਦਾ ਸਰਦਾਰ ਕਹਿ ਕੇ ਆਏ ਹੋ ਨਾ, ਉਹਦੀ ਫਿਲੋਸਫੀ ਦਾ ਸਤਿਕਾਰ ਕਰੋ। ਅੱਜ ਵੰਡੀਆਂ ਪਾ ਕੇ ਇੱਥੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀ ਸਿੱਖ ਦੇਸ਼ ਦੀ ਹਿਫਾਜ਼ਤ ਵਾਸਤੇ, ਦੇਸ਼ ਦੇ ਵਾਸਤੇ ਕੁਰਬਾਨ ਹੋਣ ਵਾਸਤੇ, ਦੇਸ਼ ਨੂੰ ਅੰਨ ਦੇਣ ਵਾਸਤੇ ਪੰਜਾਬੀਆਂ ਦੀ ਬਹੁਤ ਵੱਡਾ ਯੋਗਦਾਨ ਹੈ। ਉਸ ਯੋਗਦਾਨ ਦਾ ਸਤਿਕਾਰ ਕਰੋ। ਡੋਂਟ ਡਿਵਾਈਡ ਐਂਡ ਰੂਲ। ਮੈਂ ਤਾਂ ਕਹੂੰਗਾ ਇਹ ਵੀ ਉਹ ਸਬਕ ਸਿੱਖਣ। ਔਰ ਸਾਡਾ ਅਲਾਇੰਸ BSP ਨਾਲ ਹੈ, ਔਰ ਸ਼੍ਰੋਮਣੀ ਅਕਾਲੀ ਦਲ BSP ਦੇ ਸਾਂਝਾ ਉਮੀਦਵਾਰ ਇਲੈਕਸ਼ਨ ਲੜ ਰਿਹਾ। ਔਰ ਮੈਂ ਸਮਝਦਾ ਕਿ ਜੋ ਵਿਰੋਧੀ ਪਾਰਟੀਆਂ ਨੇ ਬਾਦਲ ਸਾਹਿਬ ਦੇ ਭੋਗ ਦੇ ਮੌਕੇ 'ਤੇ ਜੋ ਗੱਲਾਂ ਕੀਤੀਆਂ, ਜੇ ਉਹਨਾਂ ਗੱਲਾਂ ਦਾ ਸਤਿਕਾਰ ਕਰ ਦਿਓ ਤਾਂ ਇਹ ਕੋਈ ਵੋਟ ਦਾ ਹੱਕਦਾਰ ਨਹੀਂ ਆ। ਬਾਕੀ ਆਹ
ਅਸੀਂ ਅਸੀਂ ਭੁੱਲਣਹਾਰ ਮੇਰਾ ਵੀਰ, ਅਸੀਂ ਅਸੀਂ ਭੁੱਲਣਹਾਰ। ਮੈਂ ਤਾਂ ਤੁਹਾਡੇ ਤੋਂ ਵੀ ਮਾਫ਼ੀ ਮੰਗਦਾ, ਸਮੁੱਚੀ ਪੰਜਾਬ ਦੀ ਸੰਗਤ ਤੋਂ ਮਾਫ਼ੀ ਮੰਗਦਾ ਭਾਈ ਜੇ ਸਾਡੇ ਤੋਂ ਕੋਈ ਗਲਤੀ ਹੋ। ਹੁਣ ਹੈਂਜੀ ਨਹੀਂ, ਜਿਹੜੇ ਤਾਂ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਆਪਦੇ ਪਰਸਨਲ ਫਾਇਦੇ ਲਈ ਜਾ ਕੇ ਗਲਤ ਮਲਤ ਸਟੇਜਾਂ 'ਤੇ ਚੜ੍ਹਨਗੇ, ਅਲਾਇੰਸ ਕਰਨਗੇ, ਉਹ ਨਹੀਂ। ਪਹਿਲਾਂ ਪੰਜਾਬ, ਪਹਿਲਾਂ NSA ਹਟਾਓ, ਬੰਦੀ ਸਿੰਘਾਂ 'ਤੇ ਸਥਿਤੀ ਸਪਸ਼ਟ ਕਰੋ, ਪੰਜਾਬੀਆਂ ਨੂੰ ਬਣਦਾ ਹੱਕ ਦਿਓ, ਅਤੇ ਫਿਰ ਬਾਕੀ ਕਿਸਾਨੀ ਸਵਾਮੀਨਾਥਨ ਕਮਿਸ਼ਨ ਲਾਗੂ ਕਰੋ। 750 ਸ਼ਹੀਦ ਹੋਇਆ, ਉਹਨਾਂ ਦਾ ਜੋ ਅਪਮਾਨ ਹੋਇਆ, ਇਹ ਸਾਰੇ ਮੁੱਦਿਆਂ ਨੂੰ ਪਹਿਲਾਂ ਡਿਸਕਸ ਕਰਕੇ ਉਸ ਤੋਂ ਬਾਅਦ ਕੋਈ ਗੱਲ ਕਰ ਸਕਦਾ, ਮਤਲਬ ਹੀ ਨਹੀਂ ਕੋਈ ਗੱਲ ਕਰਨ ਦਾ। ਔਰ ਮੈਂ ਗੱਲ ਪਹਿਲਾਂ ਹੀ ਮੁਕਾ ਦਿੱਤੀ ਹੈ, ਇਹ ਮੈਂ ਉਹਨਾਂ ਲਈ ਕਹਿ ਰਿਹਾ, ਨੋਟ ਫਰੋਮ ਮਾਈ ਪੁਆਇੰਟ ਆਫ ਵਿਊ। ਦੇ ਸ਼ੁੱਡ ਹੈਵ ਸੈਟ ਦਿਸ, ਇਹ ਇਸ਼ੂਜ਼ ਉਹਨਾਂ ਨੂੰ ਰੇਜ਼ ਕਰਨੇ ਚਾਹੀਦੇ ਸੀ, ਮਗਰ ਮਜਬੂਰੀ ਨੇ, ਸਿਆਸੀ ਤੌਰ 'ਤੇ ਆਈਸੋਲੇਟਡ ਨੇ, ਸੋ ਉਹਨਾਂ ਦੀ ਮਜਬੂਰੀ ਸੀ ਇਹ ਗੱਲ ਕਰਨੀ, ਕਰ ਲੈਣ, ਵਧਾਈ ਆ ਉਹਨਾਂ ਨੂੰ। ਲੈ ਚਲੋ, ਉਹ ਕਟਾਰੂ ਚੱਕ ਨੂੰ ਤਾਂ ਹੁਣ ਤੱਕ ਦਾ ਚੱਕ ਚੱਕ ਅੰਦਰ ਮਾਰਿਆ ਚਾਹੀਦਾ ਹੋਣਾ ਚਾਹੀਦਾ ਸੀ। ਉਹ ਕਾਹਦਾ, ਮੈਂ ਹੈਰਾਨ ਹਾਂ ਕਿ ਹਲੇ ਵੀ ਉਹਦੀ CM ਪੁਸ਼ਤ ਪਿਨਾਈ ਕਰ ਰਿਹਾ, ਮਤਲਬ ਕਿ ਉਹਦੇ ਕੋਲ CM ਦੇ ਖਿਲਾਫ਼ ਕੋਈ ਇਹੋ ਜਿਹੇ ਦਸਤਾਵੇਜ਼ ਨੇ ਜਾਂ ਕੋਈ ਵੀਡੀਓ, ਮਤਲਬ ਹੀ ਨਹੀਂ ਯਾਰ। ਜਦੋਂ ਗਵਰਨਰ ਸਾਹਿਬ ਨੇ, ਕੌਂਸਟੀਟਿਊਸ਼ਨਲ ਹੈੱਡ ਨੇ ਜਦ ਕਹਿ ਤਾ ਦਿਸ ਰਿਪੋਰਟ ਇਜ਼ ਰਾਈਟ, ਕੀ ਵਾਟ ਆਰ ਦੇ ਵੇਟਿੰਗ ਫੋਰ, ਮਤਲਬ ਕੀ ਤੁਸੀਂ ਪੰਜਾਬ ਦੇ ਬਾਰੇ ਕੀ ਸੰਕੇਤ ਭੇਜ ਰਹੇ ਹੋ? ਜਦੋਂ ਵੀਡੀਓ ਬਾਹਰ ਆਊ ਤਾਂ ਸ਼ਹੀਦਾਂ ਦੀ ਇਹ ਧਰਤੀ, ਗੁਰੂਆਂ ਪੀਰਾਂ ਦੀ ਧਰਤੀ, ਇਹਨਾਂ ਦਾ ਵਜ਼ੀਰ ਕੀ ਕਰ ਰਿਹਾ? ਤੁਸੀਂ ਕੋਈ ਅੱਖਾਂ 'ਚ ਅੱਖਾਂ ਪਾ ਕੇ ਬਾਹਰਲੇ ਸੂਬਿਆਂ ਦੇ ਲੋਕਾਂ ਨਾਲ ਪਾ ਲਉਂਗੇ ਅੱਖਾਂ 'ਚ ਅੱਖਾਂ? ਥੋੜ੍ਹਾ ਤਾਂ ਵਿਚਾਰੋ ਯਾਰ। ਔਰ ਮੈਂ ਵੀਡੀਓ ਵੇਖੋ ਹੁਣ, ਆ ਝੰਡੇ ਨਹੀਂ ਦਿੱਤੀ ਹੈ ਪੈਸੇ ਬਣਾਉਣ ਦੇ ਤਰੀਕੇ, ਅਤੇ ਇੱਕ ਹੋਰ ਤਰੀਕਾ ਪਤਾ ਨਹੀਂ ਕਿਹੜਾ ਇਹਦਾ ਝੰਡੇ ਅਵਲੀ ਦਾ। ਆ ਸੁਣ ਲਓ, ਆ ਵੋਟਾਂ ਵੀ ਇਸ ਤਰ੍ਹਾਂ ਹੀ ਮੰਗਦੇ ਫਿਰ, ਜਮਾਨਾ ਆਯਾ 20 ਸੇ ਜ਼ਿਆਦਾ ਕੋਈ ਦੇਤਾ ਹੀ ਨਹੀਂ। ਅੱਛਾ, ਭਗਵਾਨ ਆਪਕਾ ਭਲਾ ਕਰੇ। ਅਗਰ ਤੁਹਾਡੇ ਕਪੜੇ ਔਰ ਬਾਲ ਛੋੜ ਦੋ ਤੋ ਸ਼ਕਲ ਸੇ ਤੋ ਤੁਮ ਪੜ੍ਹੇ ਲਿਖੇ ਆਦਮੀ ਲਗਤੇ ਹੋ। ਪੜ੍ਹਾ ਲਿਖਾ ਲਗਤਾ ਕਿਆ, ਮੈਂ ਪੜ੍ਹਾ ਲਿਖਾ ਹੂੰ, ਮੈਨੇ ਤੋ ਇੱਕ ਕਿਤਾਬ ਲਿਖੀ ਹੈ। ਕੌਨ ਸੀ? ਪੈਸੇ ਕਮਾਨੇ ਕੇ 100 ਤਰੀਕੇ। ਪੈਸੇ ਕਮਾਨੇ ਕੇ 100 ਤਰੀਕੇ, ਲੋਕਾਂ ਦਾ ਬੇਵਕੂਫ ਬਣਾਉਣ ਦੇ 200 ਤਰੀਕੇ, ਐਕਸਾਈਜ ਦੀ ਪਾਲਿਸੀ, ਹੋਰ ਸਾਰਾ ਕੁਝ ਉਹੀ ਕੰਮ ਪੰਜਾਬ ਦੇ ਲੋਕਾਂ ਨਾਲ ਕਰ ਰਹੇ ਆ, ਹੋਰ ਕੁਛ ਨਹੀਂ। ਥੈਂਕ ਯੂ।